ਭਾਅ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਦਿਲਬਾਗ ਸਿੰਘ ਜੀ। ਦਿਲਬਾਗ ਸਿੰਘ ਜੀ, ਤੁਹਾਡੇ ਹਲਕੇ ਦੇ ਵਿੱਚ ਆਪਣਾ ਪੰਜਾਬ ਪਾਰਟੀ ਨੇ ਰੋਬਰਟ ਮਸੀਹ ਨੂੰ ਟਿਕਟ ਦਿੱਤੀ ਆ, ਕੀ ਉਹ ਜਿੱਤਣਗੇ ਇੱਥੋਂ? ਪੱਕਾ ਲੋਹੇ ਜੜ ਅਤੇ ਸਾਡੇ ਨਾਲ ਐਸਾ ਵਰਤਾਓ ਕੀਤਾ ਗਿਆ ਕਿ ਸਾਡੇ ਮਸੀਹ ਧਰਮ ਦੇ ਨਾਲ ਬੜੀ ਤਗੜੀ ਠੇਸ ਵੱਜੀ ਆ ਕਿ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਇਹਨਾਂ ਭਾਈ ਤਿੰਨ ਚਾਰ ਟਿਕਟਾਂ ਦਿਆਂਗੇ ਮਸੀਹ ਧਰਮ ਨੂੰ, ਪਰ ਨਾ ਅਕਾਲੀ ਦਲ ਨੇ ਨਾ ਕਾਂਗਰਸ ਨੇ ਬਿਲਕੁਲ ਇਹਨਾਂ ਸਾਫ਼ ਹੀ ਮੁਕਰ ਗਿਆ, ਸਾਨੂੰ ਇੱਕ ਟਿਕਟ ਨਹੀਂ ਦਿੱਤੀ ਗਈ। ਕਿਉਂਕਿ ਮੈਂ ਇਸ ਗੱਲ ਦਾ ਬਹੁਤ ਜ਼ਿਆਦਾ ਮੈਨੂੰ ਇਹ ਦੁੱਖ ਆ ਸਾਡੀ ਕੌਮ ਨਾਲ ਜਿਹੜਾ ਧੱਕਾ ਹੋਇਆ, ਪਰ ਮੈਂ ਇਸ ਛੋਟੇ ਪੁਰੀਏ ਦਾ ਵੀ ਧੰਨਵਾਦ ਕਰਾਂਗਾ ਜਿੰਨਾ ਰੋਬਰਟ ਮਸੀਹ ਨੂੰ ਟਿਕਟ ਦੇ ਕੇ ਨਵਾਜਿਆ, ਕਿਉਂਕਿ ਇਹ ਤਾਂ ਪਰਮੇਸ਼ਰ ਦੀ ਕਿਰਪਾ ਨਾਲ ਇਸ ਇਲਾਕੇ ਦੇ ਵਿੱਚੋਂ ਜਿੱਤਣਗੇ। ਅਤੇ ਕੀ ਭਾਈਚਾਰਾ ਇਹ ਚਾਹੁੰਦਾ ਵਾ ਵੀ ਮਤਲਬ ਸਾਡਾ ਕੋਈ MLA ਬਣੇ? ਹਾਂ ਪੱਕਾ, ਕੌਮ ਦੇ ਮਗਰ ਤਾਂ ਜੀ ਜਾਣਾ ਜਾਣਾ। ਅਤੇ ਜਦਕਿ ਦੂਜੇ ਕਾਨੀ ਦੇ ਗੇਟਾਂ ਦੇ ਕੋਲ ਪੈਸਾ ਆਇਆ, ਉਹਨਾਂ ਦੇ ਕੋਲ ਜਿਹੜਾ ਵਾ ਉਹ ਸ਼ੁਰੂ ਤੋਂ ਜਿਹੜੇ ਇਸ ਹਲਕੇ ਦੇ ਵਿੱਚ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਉਹਦੇ ਬਾਰੇ ਜੀ ਪੈਸੇ ਦੀ ਕੋਈ ਗੱਲ ਨਹੀਂ ਗੀ, ਸਿਰਫ ਵਿਸ਼ਵਾਸ ਦਾ ਜੀਵਣ ਆ ਸਾਡਾ ਜੀ, ਅਸੀਂ ਵਿਸ਼ਵਾਸ ਨਾਲ ਜੀਣ ਵਾਲੇ ਹਾਂ, ਬਾਕੀ ਅਸੀਂ ਰੱਬ 'ਤੇ ਸਾਡਾ ਭਰੋਸਾ, ਇਨਸਾਨ 'ਤੇ ਭਰੋਸਾ ਕੋਈ ਨਹੀਂ ਹੈ। ਠੀਕ ਹੈ ਜੀ, ਧੰਨਵਾਦ।